बीते दिन ही हकीकी टीवी पंजाबी ने हलका नकोदर दे पिंड शंकर च नशा तस्करां दा पर्दा फाश कीता सी। खबर जनतक हुंदिया ही कुछ समय बाद पुलिस दे काफले पड़ताल करन दे लई पिंड शंकर दे विच दाखल हो जांदे ने। अचानक पिंड दे विच पुलिस अधिकारियां अते मुलाजमां नूं देख पिंड वासी भी सोचां विच पै गए। पिंड दी बदनामी हुंदे होए वेख पिंड वासियां ने मीडिया दे कैमरे अगे आके जो कहा ओ बेहद हैरान करके रख देण वाला है। ਇਹ ਤਾਂ ਗਲਤ ਗੱਲ ਹੈ ਜੀ। ਸਾਡਾ ਪਿੰਡ ਜਦੋਂ ਸੁਰਖੀਆਂ 'ਚ ਸੀਗਾ ਉਦੋਂ ਇਲਾਕੇ ਦਾ ਮੰਨਿਆ ਪਿੰਡ ਸੀ ਵੀ ਉੱਥੇ ਚਿੱਟਾ ਜ਼ਿਆਦਾ ਵਿਕਦਾ, ਪਰ ਜਦੋਂ ਦੇ ਸਾਡੇ ਇੰਚਾਰਜ ਇਹ ਆਏ ਆ ਤਾਂ SHO ਸਾਹਿਬ ਆਏ ਆ ਤਕਰੀਬਨ 2 ਮਹੀਨੇ ਪਹਿਲਾਂ, ਉਦੋਂ ਤੋਂ ਇਹ ਕੰਟਰੋਲ ਪੂਰਾ ਕਰ ਰਹੇ, ਇਹ ਸਖਤੀ ਕਰ ਰਹੇ ਆ, ਜੋ ਵੀ ਇਹਨਾਂ ਨੇ ਐਕਸ਼ਨ ਲੈਣਾ ਲੈ ਰਹੇ ਆ। ਜਿਵੇਂ ਕਿ ਪਹਿਲਾਂ ਮੈਂਬਰ ਸਾਹਿਬ ਨੇ ਗੱਲ ਕੀਤੀ ਆ, ਸਾਡੇ ਤਕਰੀਬਨ ਜੇ ਆਪਾਂ 100% ਨਹੀਂ ਕਹਿੰਦੇ ਪਰ 80% ਅੱਗੇ ਨਾਲੋਂ ਨਸ਼ਾ ਘਟਿਆ, ਸਾਡੇ ਪਿੰਡ 'ਚ ਕੰਟਰੋਲ ਹੋਇਆ। ਲੋਕ ਜਿਹੜੇ ਨਸ਼ਾ ਵੇਚਦੇ ਸੀਗੇ ਉਹ ਵੀ ਘਰ ਛੱਡ ਕੇ ਚਲੇ ਗਏ। ਅੰਚਾਰ ਸਾਹਿਬ ਦਾ ਇੱਕੋ ਹੀ ਕਹਿਣਾ ਸੀ, ਜਾਂ ਨਸ਼ਾ ਛੱਡ ਦਿਓ ਵੇਚਣਾ ਅਤੇ ਜਾਂ ਫਿਰ ਆਪਣੇ ਇੱਥੇ ਰਹਿਣਾ ਛੱਡ ਦਿਓ, ਵੀ ਮੈਂ ਰਹਿਣ ਨਹੀਂ ਦਊਂਗਾ। ਤਾਂ ਉਹ ਲੋਕ ਫਿਰ ਜਿਹੜੀਆਂ ਵੀਡੀਓ ਵਾਇਰਲ ਕਰਦੇ ਉਹ ਤਕਰੀਬਨ 1.5-2 ਮਹੀਨੇ ਪਹਿਲਾਂ ਦੀਆਂ ਬਣਾਈਆਂ, ਉਹ ਹੁਣ ਉਹਨਾਂ ਨੂੰ ਵਾਇਰਲ ਕਰਦੇ ਹੋ ਜੋ ਸੱਚਾਈ ਨਹੀਂ ਹੈ। ਇਸ ਤਰ੍ਹਾਂ ਹੈ ਜੀ, ਇਹ ਜਿਹੜੀ ਅੱਜ ਵੀਡੀਓ ਇੰਨੀ ਵਾਇਰਲ ਹੋਈ ਹੈ, ਜਿਹੜੀ ਟੀ ਵੀ 'ਤੇ ਚੱਲ ਰਹੀ ਆ, ਮੈਂ ਵੀ ਉੱਥੋਂ ਦੇਖ ਕੇ ਇਸ ਚੀਜ਼ ਨੂੰ ਵੈਰੀਫਾਈ ਕੀਤਾ ਆ ਵੀ ਇੱਕ ਤਾਂ ਇਹ ਵੀਡੀਓ ਜਿਹੜੀ ਹੈ ਇਹ ਘੱਟੋ ਘੱਟ 2 ਮਹੀਨੇ ਪੁਰਾਣੀ ਹੈਗੀ ਹੈ। ਅਤੇ ਇਹਦੇ ਵਿੱਚ ਜਿਹੜਾ ਅਸੀਂ ਜਿਹੜੇ ਮੇਰੇ ਚੌਕੀ ਇੰਚਾਰਜ ਹੈਗੇ ਨੇ SI ਲੁਲੀਨ ਕੁਮਾਰ, ਇਹਨਾਂ ਨਾਲ ਕਿਉਂਕਿ ਇਸ ਇਲਾਕੇ ਦੇ ਵਿੱਚ ਪਹਿਲਾਂ ਪ੍ਰਭਾਵ ਰਿਹਾ ਨਸ਼ੇ ਦਾ, ਇਸ ਕਰਕੇ ਮੇਰਾ ਇਹਨਾਂ ਨਾਲ ਪਿਛਲੇ ਟਾਈਮ ਦੇ ਵਿੱਚ ਕਾਫੀ ਵਾਰੀ ਇਹ ਚੀਜ਼ ਡਿਸਕਸ ਹੋਈ। ਮੈਂ ਖੁਦ ਵੀ ਆ ਕੇ ਅਸੀਂ ਕਸ ਓਪਰੇਸ਼ਨ ਵੀ ਇੱਥੇ ਕੀਤਾ, ਅਤੇ ਲੁਬੜੀਨ ਕੁਮਾਰ ਦਾ ਇਹ ਕਹਿਣਾ ਸੀਗਾ ਜੀ ਵੀ ਤੁਸੀਂ ਮੈਨੂੰ ਬਿਲਕੁਲ ਫਰੀ ਹੈਂਡ ਦੇ ਦਿਓ ਅਤੇ ਮੈਂ ਇੱਥੇ ਨਸ਼ਾ ਨਹੀਂ ਵਿਕਣ ਦਿੰਦਾ। ਔਰ ਇੱਥੋਂ ਉਹਦਾ ਪ੍ਰੈਸ਼ਰ ਤੁਸੀਂ ਖੁਦ ਹੀ ਦੇਖ ਸਕਦੇ ਹੋ, ਜਦੋਂ ਵੀ ਕਿਤੇ ਇਹਨਾਂ ਲੋੜ ਪੈਂਦੀ ਹੈ ਅਸੀਂ ਥਾਣੇ ਤੋਂ ਨਾਲ ਇਹਨਾਂ ਨੂੰ ਟੀਮ ਦੇ ਦਿੰਦੇ ਹਾਂ। ਮਤਲਬ ਜਿਹੜੇ ਇਹ ਲੋਕ ਜਿਹੜੇ ਵੀਡੀਓ ਦੱਸੇ ਜਾ ਰਹੇ ਨੇ ਇਹ ਜਿਹੜੇ ਅੱਜ ਤੋਂ 1.5-2 ਮਹੀਨੇ ਪਹਿਲਾਂ ਜਿਹੜਾ ਘਰ ਛੱਡ ਕੇ ਇੱਥੋਂ ਜਾ ਚੁੱਕੇ ਨੇ, ਮਤਲਬ ਇੰਨਾ ਜ਼ਿਆਦਾ ਮਤਲਬ ਅਸੀਂ ਜ਼ੋਰ ਲਾਇਆ ਇਸ ਟਾਈਮ ਇੱਥੇ ਜਿਹੜਾ, ਮਤਲਬ ਚਲੋ ਅਸੀਂ ਇਸ ਚੀਜ਼ ਨੂੰ ਬਿਲਕੁਲ ਤੁਸੀਂ ਵੀ ਜਾ ਕੇ ਮੌਕੇ 'ਤੇ ਵੈਰੀਫਾਈ ਕਰ ਸਕਦੇ ਹੋ ਵੀ ਅਸੀਂ ਕੋਈ ਇਹਦੇ ਵਿੱਚ ਜੇ ਕੋਈ ਬਿਲਕੁਲ ਜੋ ਚਾਹੀਦੇ ਸੀ ਜੋ ਸਾਡੇ ਕੋਲ ਚੀਜ਼ ਇਸ ਟਾਈਮ ਹੈਗੀ ਆ ਵੀ ਜਿਹੜਾ, ਮਤਲਬ ਪੁਲਿਸ ਦਾ ਪੂਰਾ ਉੱਥੇ ਡਰ ਹੈਗਾ ਜੀ, ਮਾਹੌਲ ਬਣਾਇਆ ਹੋਇਆ ਪੂਰਾ ਅਸੀਂ ਵੀ ਅਸੀਂ ਹਰ ਤਰ੍ਹਾਂ ਦਾ ਤਰੀਕਾ ਵਰਤਦੇ ਹਾਂ। ਸਾਡੇ ਮਾਣਯੋਗ SSP ਸਾਹਿਬ ਜਾਂ ਸਾਨੂੰ DG ਸਾਹਿਬ ਵੱਲੋਂ ਵੀ VC ਦੇ ਉੱਤੇ ਚੀਜ਼ਾਂ ਹਦਾਇਤਾਂ ਸਖਤੀ ਕਰਨ ਬਾਰੇ ਜਿਹੜਾ ਉਹਨਾਂ ਨੇ ਇਹ ਗੱਲ ਕਹੀ ਹੋਈ ਹੈ ਵੀ ਤੁਸੀਂ ਸਖਤੀ ਜਿਹੜੀ ਇਸ ਇਹੋ ਜਿਹੇ ਮਾਮਲੇ ਦੇ ਵਿੱਚ ਹੈ ਤੁਸੀਂ ਕੋਈ ਗੱਲ ਨਹੀਂ, ਤੁਸੀਂ ਆਪਣੇ ਵੱਲੋਂ ਪੂਰਾ ਜਿਹੜਾ ਮਤਲਬ ਅਸੀਂ ਹਰੇਕ ਤਰੀਕਾ ਵਰਤਣਾ ਹੈ ਜੀ, ਔਰ ਉਹ ਬੰਦੇ ਇੱਥੋਂ ਭੱਜੇ ਹੋਏ ਨੇ। ਸਰ ਕੀ ਲੋਕਾਂ ਨੂੰ ਮੈਸੇਜ ਹੈ ਜਿਹੜਾ ਹਜੇ ਵੀ ਨਸ਼ਾ ਵੇਚ ਰਹੇ ਨੇ? ਲੋਕਾਂ ਨੂੰ ਅਸੀਂ ਤਾਂ ਲੋਕਾਂ ਦੀ ਸਾਨੂੰ ਸਪੋਰਟ, ਵੈਸੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ, ਸਾਨੂੰ ਲੋਕ ਇਨਫੋਰਮੇਸ਼ਨ ਦਿੰਦੇ ਨੇ ਔਰ ਅਸੀਂ ਨਸ਼ੇ 'ਤੇ ਕੰਮ ਜਿਹੜਾ ਕਰ ਰਹੇ ਹਾਂ ਜੀ, ਇਹਦੇ ਵਿੱਚ ਪਿਛਲੇ ਟਾਈਮ ਦੇ ਵਿੱਚ ਜਿਹੜਾ ਸਾਨੂੰ ਇੱਕ ਕਾਮਯਾਬੀ ਵੀ ਜਿਹੜਾ ਅਸੀਂ ਕਾਫੀ ਵੱਡੀ ਖੇਪ ਦੇ ਵਿੱਚ ਨਸ਼ਾ ਫੜਿਆ ਹੈਗਾ ਜੀ, ਉਹ ਸਾਡੀ ਟੀਮ ਨੇ ਫੜਿਆ, ਸਾਡੇ SSP ਸਾਹਿਬ ਦੀ ਯੋਗ ਅਗਵਾਈ ਦੇ ਵਿੱਚ ਹੀ ਅਸੀਂ ਕੰਮ ਕੀਤਾ। ਅਤੇ ਇਸ ਕਰਕੇ ਜਦੋਂ ਸਾਡੀ SSP ਸਾਹਿਬ ਨਾਲ ਮੀਟਿੰਗ ਜਦੋਂ ਵੀ ਹੁੰਦੀ ਆ ਤਾਂ ਪਹਿਲਾ ਪੁਆਇੰਟ ਨਸ਼ੇ 'ਤੇ ਹੀ ਹੁੰਦਾ ਜੀ ਵੀ ਨਸ਼ਾ ਜਿਹੜਾ ਨਸ਼ੇ ਵਾਲੀਆਂ ਪ੍ਰੋਪਰਟੀਆਂ ਅਟੈਚ ਕਰਾਉਣੀਆਂ ਜਾਂ ਨਸ਼ਾ ਜਿਹੜਾ ਵਿਕਣ ਦਾ ਤਾਂ ਮਤਲਬ ਨਹੀਂ ਹੈਗਾ ਜੀ, ਇਹ ਤਾਂ ਗੌਰਮੈਂਟ ਦੇ ਏਜੰਡੇ 'ਤੇ ਪਹਿਲੇ ਦਿਨ ਤੋਂ ਸੀਗਾ ਔਰ ਮੇਨ ਗੌਰਮੈਂਟ ਵੱਲੋਂ ਵੀ ਜਾਂ ਮਾਨਯੋਗ DG ਸਾਹਿਬ ਵੱਲੋਂ ਵੀ ਸਾਨੂੰ ਇਹੀ ਹਦਾਇਤ ਹੁੰਦੀ ਹੈ। ਇਸੇ ਤਹਿਤ SSP ਸਾਹਿਬ ਵੱਲੋਂ ਵੀ ਹਰੇਕ ਮੀਟਿੰਗ ਦੇ ਵਿੱਚ ਸਾਡੀ ਪਰਫੋਰਮੈਂਸ ਬਕਾਇਦਾ ਇਹਦੇ ਬਾਰੇ ਅਨੈਲਿਸਿਸ ਹੁੰਦਾ ਜੀ, ਔਰ ਇਕੱਲੇ ਇਕੱਲੇ ਨੂੰ ਪਿੰਨਪੜ ਕੀਤਾ ਜਾਂਦਾ ਅਗਰ ਕਿਸੇ ਦੀ ਕੋਈ ਕਾਰਗੁਜ਼ਾਰੀ ਲੱਗਦੀ ਹੈ ਜੀ ਵੀ ਇਹ ਬੰਦਾ ਨਸ਼ੇ 'ਤੇ ਕੰਮ ਨਹੀਂ ਕਰ ਰਿਹਾ। ਔਰ ਇਹਦੇ ਨਾਲ ਨਾਲ ਇੱਕ ਮੈਂ ਹੋਰ ਵੀ ਕਹੂੰਗਾ ਜੀ, ਅਸੀਂ ਇਸ ਜੇ ਕੁਰਸੀ 'ਤੇ ਬੈਠੇ ਹਾਂ ਜੀ ਅਤੇ ਅਸੀਂ ਖੁਦ ਨੂੰ ਵੀ ਇਹ ਅਸੀਂ ਇੱਕ ਪਰਮਾਤਮਾ ਨੂੰ ਮਤਲਬ ਹਾਜ਼ਰ ਨਾਲ ਜਾਣ ਕੇ ਗੱਲ ਕਹਿੰਦੇ ਹਾਂ ਜੀ ਵੀ ਸਾਡਾ ਜੇ ਅਸੀਂ ਕੰਮ ਨਹੀਂ ਕਰਦੇ ਤਾਂ ਇਹਦਾ ਮਤਲਬ ਫਿਰ ਅਸੀਂ ਇੱਥੇ ਬਹਿਣ ਦੇ ਕਾਬਲ ਨਹੀਂ ਹੈਗੇ। ਇਸ ਕਰਕੇ ਸਾਡੇ ਵੱਲੋਂ ਪੂਰਾ ਮਤਲਬ ਟਿਲ ਤੱਕ ਜ਼ੋਰ ਲੱਗਾ ਹੋਇਆ ਜੀ ਵੀ ਸਾਡੇ ਇਲਾਕੇ ਦੇ ਵਿੱਚ ਨਸ਼ਾ ਨਹੀਂ ਵਿਕਣਾ ਚਾਹੀਦਾ ਔਰ ਅਸੀਂ ਉੱਥੇ ਕੰਮ ਬਿਲਕੁਲ ਕਰ ਰਹੇ ਹਾਂ ਜੀ, ਲਗਾਤਾਰ ਕਰ ਰਹੇ ਹਾਂ। ਮਤਲਬ ਸਾਡੇ ਜਿਹੜੇ ਬੰਦੇ ਨੇ 15-16 ਘੰਟੇ ਡਿਊਟੀ ਕਰਦੇ ਆ ਜੀ, ਇਹ ਖੁਦ ਲੁਬੜੀਨ ਕੁਮਾਰ ਹੋਣੀ ਆਪਣੀ ਗੱਡੀ ਜਿਹੜੀ ਇਹਨਾਂ ਨੂੰ ਤੁਸੀਂ ਆਮ ਇਲਾਕੇ ਦੇ ਲੋਕਾਂ ਤੋਂ ਪੁੱਛ ਸਕਦੇ ਹੋ ਵੀ ਇਹ ਤੁਹਾਨੂੰ ਸਵੇਰੇ ਅਰਲੀ ਮਾਰਨਿੰਗ 5 ਵਜੇ ਤੋਂ ਲੈ ਕੇ ਰਾਤ ਦੇ 11-12 ਵਜੇ ਤੱਕ ਤੁਹਾਨੂੰ ਬਾਹਰ ਹੀ ਮਿਲਣਗੇ ਔਰ ਬਿਲਕੁਲ ਅਸੀਂ ਪੂਰਾ ਜ਼ੋਰ ਆ ਜੀ ਸਾਡਾ ਔਰ ਅਸੀਂ ਇਹ ਗੱਲ ਦਾ ਦਾਅਵਾ ਕਰਦੇ ਵੀ ਸਾਡੇ ਇਲਾਕੇ 'ਚ ਨਸ਼ਾ ਘਟਿਆ ਜੀ, ਬਿਲਕੁਲ ਪਹਿਲਾਂ ਦੇ ਮੁਕਾਬਲੇ ਬਹੁਤ ਘਟਿਆ ਜੀ। ਇਹ ਲੋਕਾਂ ਨੂੰ ਮੈਸੇਜ ਆ, ਲੋਕਾਂ ਨੂੰ ਮੈਸੇਜ ਇਹੀ ਹੈ ਜੀ ਵੀ ਸਾਡਾ ਸਾਥ ਦੇਣ ਜਦੋਂ ਵੀ ਅਸੀਂ ਜਦੋਂ ਇਹਦੇ, ਕਿਉਂਕਿ ਅੱਜ ਕੱਲ੍ਹ ਜਿਹੜੇ ਇਹ ਜਿਹੜੇ ਹੈਗੇ ਨੇ ਸਮਗਲਰ ਲੋਕ ਨੇ ਇਹ ਜਿਹੜੀਆਂ ਸਾਡੀਆਂ ਕੋਈ ਨਾ ਕੋਈ ਛੋਟੀਆਂ ਮੋਟੀਆਂ ਜਿਹੜੀਆਂ ਕਮੀਆਂ ਪੇਸ਼ੀਆਂ ਨੂੰ ਅੱਜ ਕੱਲ੍ਹ ਹਰੇਕ ਨੇ ਇਹਨਾਂ ਨੇ ਘਰਾਂ 'ਚ ਕੈਮਰੇ ਲਵਾਏ ਹੋਏ ਨੇ ਸਿਰਫ ਪੁਲਿਸ ਨੂੰ ਮਤਲਬ ਵੀ ਪ੍ਰੈਸ਼ਰ ਪਾਉਣ ਲਈ, ਲੇਕਿਨ ਫਿਰ ਵੀ ਅਸੀਂ ਮਤਲਬ ਉਹਨਾਂ ਚੀਜ਼ਾਂ ਤੋਂ ਡਰਦੇ ਨਹੀਂ, ਅਸੀਂ ਪ੍ਰੋਪਰ ਆਪਣਾ ਜਿਹੜਾ ਪੇਪਰ ਵਰਕ ਕਰਕੇ ਔਰ ਅਸੀਂ ਰੇਡ ਕਰਦੇ ਹਾਂ, ਬਕਾਇਦਾ ਜੀ ਬਰਾਮਦ ਦੀ ਹੋਵੇ ਤਾਂ ਅਸੀਂ ਉੱਥੇ ਬੈਠ ਕੇ ਮੌਕੇ 'ਤੇ ਪਰਚਾ ਦਿੰਦੇ ਹਾਂ ਜੀ।
तो ये बारे सानू तो सीनियर अफसर वालों भी सानू गाइड किया जाता भी ता कि कोई कल इस चीज़ का फायदा ना ले सकन। तो लोगों को यही है जी, वैसे सपोर्ट मिलती है तो, लेकिन हुण भी ये कहांगा जी लोगों की सपोर्ट ना ही असं इस चीज़ को खत्म करांगे जी। पुलिस अधिकारी का कहना है कि ये वीडियो पुरानी है, 2 महीने पहलां दी वीडियो दसी जा रही है, अते नशा तस्कर 2 महीने पहला पिंड छड़ के फरार हो चुके ने। इत्थे एक वड्डा सवाल यह है कि 2 महीने पहला पुलिस ने इस मामले ते गौर क्यों नहीं कीती। अजिहा तो है नहीं कि 2 महीने पहला नकोदर जां पंजाब दे विच पुलिस है नहीं सी, आखिर उन्हां नूं भज्जण तों पहला काबू क्यों नहीं कीता गया। इन्हां सारे तत्थां नूं देखदे हुए पुलिस प्रशासन की ढिल्ली कारगुजारी ते कई सवाल खड़े हो रहे ने। हकीकी टीवी पंजाबी लई नकोदर तों पुनीत अरोड़ा की रिपोर्ट।